ਦੋ ਕਾੜੀਆਂ ਮੇਰੇ ਮੋਟੇ ਸਾਰੀ ਕੱਢ ਕੇ ਦੇ ਰਹੀ ਇੱਧਰ ਆਓ ਨਾ ਮੇਰਾ ਮੇਰੇ ਡੱਬਲ ਸੀ ਮੁਝੇ ਲੱਗਦਾ ਮੇਰੇ ਬੇਟੇ ਕੋ ਕੁਛ ਚੀਜ਼ਾਂ ਨਹੀਂ ਰੋਟੀ ਹੋਰ ਖਾਣੀ ਇਸ ਉਮਰ ਚ ਪੁੱਤਰ ਸਭ ਕੁਛ ਪਹੁੰਚਾ ਦੇਈਦਾ ਤੇਲ ਘਰ ਉਹਨਾਂ ਨੇ ਵੀ ਲੈਣਾ ਸੀ ਮੈਂ ਆਖੀ ਇੱਧਰੋਂ ਦੀ ਟੋਏ ਟਿੱਬੇ ਨਹੀਂ ਤੇ ਮੈਨੂੰ ਇੱਧਰੋਂ ਦੀ ਨਾ ਖਾ ਉੱਤੋਂ ਦੀ ਖਾ ਨਹੀਂ ਮੋਟਰਸਾਈਕਲ 'ਤੇ ਗਏ ਸਾਂ ਅਤੇ ਉਹ ਫਿਰ ਉੱਤੋਂ ਦੀ ਕਬਰਸਤਾਨ ਵਾਲਾ ਜਿਹੜਾ ਬਾਜ਼ਾਰ ਨਹੀਂ ਜੀ ਉੱਥੋਂ ਦੀ ਫਿਰ ਆਇਆ ਸੀ ਉਹਨੇ ਅੰਮੀ ਮੈਂ ਤਾਂ ਵੀ ਆਸ਼ਾ ਕੀ ਪੀ ਆਉਂਦੀ ਸੀ ਕਹਿੰਦੇ ਸਰ ਉਹਨਾਂ ਦੀ ਤੇਲ ਲੈਣ ਵਜੇ ਕਿ ਤੁਸੀਂ ਉੱਧਰੋਂ ਦੀ ਆਏ ਨਹੀਂ ਮੈਂ ਆਖਿਆ ਚੱਲ ਕੱਲ੍ਹ ਮੰਗਵਾ ਲਾ ਉੱਥੇ ਕੀ ਅਰਸਾਲ ਇਹਦਾ ਨਾਂ ਵਿਸ਼ਾਲ 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 ਉਹ ਕਹਿੰਦਾ ਸੀ ਮੈਨੂੰ ਨੰਬਰ ਭੁੱਲ ਗਿਆ ਤੇਰਾ ਫਿਰ ਯਾਦ ਕਰ ਕਰ ਆਈ ਹੈ ਨਾ ਅੱਗੇ ਯਾਦ ਕਰਨ ਰਹੀ ਸਾਂ ਤੇ ਭੁੱਲ ਗਿਆ ਸੀ ਜੀ ਉੱਥੇ 22 45 0322 ਭਾਈ ਤੁਹਾਡੀ ਵਿਆਹ ਸੀ ਜ਼ਿਆਦਾ ਸਿੱਕਰੀ ਹੈ ਰੋਜ਼ੀ ਆ ਹੈ ਨਾ ਇੱਥੋਂ ਨਜ਼ਰ ਆਉਂਦੀ ਸੀ ਸਿੱਕਰੀ ਤੋਂ ਵੀ ਬੜੀ ਹਾਲਤ ਸੀ ਸਵੇਰਾ ਇੱਥੇ ਬਾਜੀ ਕਿੱਥੇ ਕਿ ਗਈ ਹੈ ਪਤਾ ਨਹੀਂ ਗਈ ਬਾਜੀ ਨੇ ਉੱਧਰ ਜਾਣਾ ਉਹਦੇ ਵੱਲ ਇੱਥੇ ਹੀ ਹੈ ਰਾਤ ਰਹਿਣੀ ਇੱਥੇ ਹੀ ਹੈ ਕਿਆ
ਡਿੱਗੀ ਹੋਈ ਸੀ ਦੁਕਾਨ ਤੋਂ ਟੱਪ ਕੇ ਆਹੋ ਜੀ ਤਾਂ ਪਈ ਵੇਖੇ ਨਾ ਉਹ ਇੱਥੇ ਉੱਤੇ ਛੋੜੋ ਨਹੀਂ ਖੜਿਆ ਬਾਲਰ ਮਾਰ ਕੇ ਨਾ ਬੜਾ ਖੁਸ਼ ਹੋਇਆ ਕੌਣ ਚਾਚੂ ਪਟਾ ਪਟਾ ਕੇ ਆ ਗਿਆ ਨਾ ਉਹਨਾਂ ਨੂੰ ਇੱਕ ਪਤਲਾ ਇੱਕ ਮੋਟਾ ਇਹ ਤਾਂ ਸਹੀ ਉਸ ਮੂਸਾ ਜ਼ਿਆਦਾ ਮੋਟਾ ਤੇ ਇਹ ਸਹੀ ਸਹੀ ਬਾਹਰ ਕਾਰ ਕਾਰ ਇੰਜੀ ਬੋਲਦਾ ਜ਼ਰਦੀ ਰੋਈਦਾ ਤੋ ਜ਼ਰਦੀ ਦੱਸਣ ਦੇ ਹਾਂ ਵਿੱਚ ਕੋਈ ਲੋਕ ਭੈਣ ਸਿੱਖਾਂ ਦੇ ਵਿੱਚ ਕਿਲੋ ਪਾਲਣ ਹਾਂਜੀ ਇੱਧਰ ਆਂਟੀ ਜੀ ਹਾਂਜੀ ਬੈਡ ਥੱਲੇ ਬੜੀ ਹੈ ਹਾਂ ਦੋ ਫੜੀਆਂ ਬੈਡ ਦੇ ਨੀਚੇ ਸੌਂ ਲਵਾਂ ਅੱਜ ਸੁੱਤੀ ਨਹੀਂ ਹੋ ਗਈ ਸੌਣ ਲੱਗੀ ਤੁਹਾਡੇ ਨਾਲ ਕੋਈ ਪਤਾ ਦੱਸੋ ਆਪੇ ਉਸ ਮਾਂ ਸੌਂਦਾ ਨਾ ਉਹ ਸਵੇਰੇ ਚੱਲਦੀ ਹੈ ਨਾ ਬੱਚੇ ਟੁੱਟ ਜਾਂਦੇ ਬੱਚਿਆਂ ਛੁੱਟੀਆਂ ਹੋਈਆਂ ਨੇ ਅੱਛਾ ਸੌ ਜਾਂਦੇ ਹੋਈਆਂ ਨੇ ਕੱਲ੍ਹ ਵੀ ਮੇਰੇ ਜਦੋਂ ਅਸੀਂ ਆਈਆਂ ਨਾ ਸਫਾਈਆਂ ਸਫੂਈਆਂ ਕਰ ਕੇ ਨਾ ਅਸੀਂ ਮੈਂ ਸੋਚਦੀ ਹਾਂ ਹੁਣ ਘੜੀ ਬੰਨਿਆ ਪਿਆ ਕਿ ਸੌ ਗਈ ਹੈ ਤਾਂ ਤੁਸੀਂ ਆਵੋ ਜਦੋਂ ਸੋਚਦੀ ਹੈ ਨਾ ਮੈਂ ਘੜੀ ਘੜੀ ਲਾ ਲਾ ਸਭ ਟੁੱਟੀ ਉੱਧਰ ਟੁਰ ਗਈ ਲਾਇਆ ਟਿਊਸ਼ਨ ਟੁਰ ਗਈ ਮੈਂ ਕਿਹਾ ਚੱਲ ਹੁਣ ਵਿਹਲੀ ਹੋ ਗਈ ਹੁਣ ਚੰਗੀ ਵਿਹਲੀ ਹੋਈ ਸੀ ਸੱਸ ਨੇ ਉਹਦੇ ਹੀ ਕੰਮ ਲਾ ਤਾ ਚੱਲ ਆਪਣੇ ਜੋੜੇ ਮੇਰੇ ਤੋਂ ਪਿੱਛੋ ਕਮੀਜ਼ ਨੂੰ ਵੀ ਸਲਵਾਰ ਨੂੰ ਵੀ ਪਹਿਲਾਂ ਦੁਪੱਟਾ ਧਵਾਇਆ ਤੇ ਫਿਰ ਕਮੀਜ਼ ਦੁਪੱਟਾ ਧਵਾਇਆ ਤਿੰਨੋ ਹੀ ਸੂਟ ਧਵਾ ਲਿਆ ਆ ਕੇ ਮੈਂ ਕਿਹਾ ਧੋ ਇਹਨਾਂ ਨੂੰ ਪੈਣਾ ਦੀ ਕੱਢ ਧੋਵਾਂ ਦੀ ਮੈਂ ਕਿਹਾ ਨਹੀਂ ਭਾਈ ਅੱਜ ਹੀ ਧੋਣੇ ਮਾਰ ਤੂੰ ਨਹੀਂ ਆਪਣੇ ਖਾਣੀ ਛੋੜ ਗਈ ਸੀ ਜਾਂ ਜ਼ੈਨ ਆ ਗਈ ਕਿਲੋ ਜਾਂ ਮੇਰੀ ਬੇਟੀ ਜਾਂ ਬੜੀ ਡਰਾਉਣੀ ਹੈ ਇਤਨੀ ਵੀ ਡਰਾਉਣੀ ਨਹੀਂ ਹੈ ਦੇਦੇ ਉਹਨੇ ਜਾਣਾ ਵੀ ਹੈ ਛੋੜ ਕੇ ਚਲੇ ਗਏ ਗੁੱਸੇ ਚ ਅੱਛਾ ਮੇਰੀ ਜੂਏ ਤੇ ਨਿਕਾਲੋ ਸਾਰੇ ਕੰਮ ਛੱਡ ਦੇ ਚੀਜ਼ਾਂ ਉੱਥੇ ਬੰਦ ਹੋਈਆਂ ਸਨ ਨਾ ਸਾਡੇ ਘਰ ਆਂਦੇ ਮਾਂ ਨੂੰ ਆ ਕੇ ਆਂਦੇ ਮਾਂ ਵੀ ਕੱਲ ਆ ਕੇ ਮੈਨੂੰ ਆਂਦਾ ਮਾਮਾ ਮੈਂ ਉਧਰ ਪੀਜ਼ਾ ਔਰ ਬਰਗਰ ਖਾ ਕੇ ਆਇਆ ਹਾਂ ਤਾਂ ਮੈਨੂੰ ਐਸਾ ਕਰੇ ਮੈਨੂੰ ਨਾ ਰੋਜ਼ ਵੋਈ ਲਾ ਦਿਆ ਕਰੇ ਮਾਂ ਦੀ ਜਿਹੜੀ ਪੀਜ਼ਾ ਸੀ ਆਹੋ ਮਾਂ ਵੀ ਦੱਸੇ ਰਾਤੀ ਮੈਂ ਕੋ ਦਿੰਦੀਆਂ ਚੀਜ਼ਾਂ ਖਾਂਦੇ ਨਹੀਂ ਹੈ ਨਹੀਂ ਇੱਕ ਦਿਨ ਬਾਹਰ ਗਏ ਆ ਨਾ ਅਸੀਂ ਤੇ ਉਦੋਂ ਪੀਜ਼ੇ ਦੇ ਨਾ ਛੋਟੇ ਚਾਰ ਪੀਸ ਲਏ ਸੀ ਆਹ ਨਾ ਮਾਪੀ ਗਿਆ ਮਾਰੇਗੀ ਉਹ ਬਹੁਤ ਵਗੜਾ ਇਹਨੇ ਕਿੱਥੇ ਜਾਣ ਛੱਡੀ ਫੜਾ ਛੋੜੋ ਸਾਰੀ ਫੜਾ ਛੋੜੋ
ਚਾਰ ਪੰਜ ਚੱਲ ਲਿਆ ਇਹ ਚੀਜ਼ਾਂ ਖਾਣ ਇਹਨੇ ਤਾਂ ਬਾਜੀ ਖਾਂਸੀ ਲੱਗਦੀ ਜੀ ਨਹੀਂ ਖਾਂਦੇ ਪ੍ਰੇਜ ਨਹੀਂ ਕਰਦੇ ਹੁਣ ਉੱਥੇ ਮੇਰੇ ਖਿਆਲ 'ਚ ਤਿੰਨ ਚਾਰ ਦਿਨ ਖਾਂਸੀ ਰਹੀ ਹੈ ਨਾ ਹਜੇ ਵੀ ਲੱਗੀ ਹੈ ਉਹ ਤਾਂ ਫਿਰ ਆਰਾਮ ਕਰਨ ਜਾ ਆਰਾਮ ਨਹੀਂ ਹੁੰਦਾ ਨਾ ਮੈਨੂੰ ਜੂ ਚੜ੍ਹੀ ਸੀ ਹੈ ਉੱਥੇ ਨਾ ਆਮਲਾ ਦੇ ਸਿਰ 'ਤੇ ਵੀ ਚੜ੍ਹ ਗਈ ਸੀ ਕੋਲ ਬੈਠੀ ਤੇ ਆਉਂਦੀਆਂ ਤੇਰੇ ਸਿਰ ਚੋਂ ਨਿਕਲ ਕੇ ਮੇਰੇ ਚ ਡਿੱਗ ਪਈ ਕੰਘੀ ਨਾਲ ਮੈਂ ਕਿਹਾ ਜੇ ਮਾਸੀ ਤੇ ਡਿੱਗੀ ਹੋਣੀ ਜਾਂ ਮਾਂ ਤੇ ਆਉਂਦੀਆਂ ਨਹੀਂ ਬਾਜੀ ਤੁਹਾਡੀ ਕਿੱਥੇ ਡਿੱਗੀ ਹੋਣੀ ਉਹ ਆਮਲਾ ਵੇਖਣ ਲੱਗੀ ਤੁਹਾਨੂੰ ਮੇਰੀ ਸ਼ਲਵਾਰ ਸੀ ਲੀਖਾਂ ਕੱਢੀਆਂ ਨੇ ਕੱਲ ਨਾਮ ਕਰ ਰਾਤ ਨਾਲ ਬਾਜੀ ਸ਼ੀਨਾ ਦੇ ਵੀ ਲਿਖੀਆਂ ਸਨ ਇੱਕ ਪਿੱਦਾ ਤੇ ਲਿਖਾਂ ਸਨ ਬਾਜੀ ਬੀਨਾ ਤੇ ਬਾਜੀ ਸ਼ੀਨਾ ਚਾਰ ਪਈਆਂ ਦੇ ਹੁੰਦੇ ਸਨ ਅੱਜ ਕੱਲ ਜਾਲੀ ਦੇ ਦੁਪੱਟੇ ਆਏ ਜਾਲੀ ਦੇ ਤੇ ਬਾਜੀ ਟਿਸ਼ੂ ਦੇ ਵੀ ਆਏ ਛੋਟੀ ਉਹ ਬਹੁਤ ਗਰਮੀ ਲੱਗਣੀ ਹੈ ਲੈ ਲੈ ਲੈਂਦੀਆਂ ਨੇ ਨਿੰਨੀ ਆ ਗਰਮੀ ਸਰਦੀ ਤੇ ਲਿਆ ਵੀ ਛੱਤ ਤੇ ਖਾ ਕੇ ਉਹ ਕੀ ਮੈਂਗੋ ਮਿਲ ਗਿਆ ਚਲ ਸੋਹਣੇ ਤੁਹਾਨੂੰ ਜਦੋਂ ਬਹਿੰਦੇ ਆ ਉਦੋਂ ਯਾਦ ਆਉਂਦਾ ਹਲਾ